हेलो स्टूडेंट्स टुडे वी विल कंटिन्यू द सेम चैप्टर दिस इज़ द थर्ड पार्ट ऑफ दिस चैप्टर ओके इन फर्स्ट पार्ट एंड सैकेंड पार्ट वी हैव ऑलरेडी कंप्लीट दीज टॉपिक्स अडोलसेंट इंड पोवर्टी कंप्लीट कर चुके हैं सकेंडरी सैक्शुअल करैक्टर कंप्लीट कर लिया ठीक है रोल ऑफ हॉर्मोनस कर लिया ठीक है रिप्रोडक्टिव फेस इन ह्यूमनज हूँ आप करा ਰਿਪਰੋਡਕਟਿਵ ਹੈਲਥ ਤੇ ਰੋਲ ਆਫ ਹਾਰਮੋਨਸ ਇਨ ਕੰਪਲੀਟਿੰਗ ਦੀ ਲਾਈਫ ਹਿਸਟਰੀ ਆਫ ਇਨਸੈਕਟਸ ਐਂਡ ਦੀ ਫਰੋਗ ਇਹ ਦੋ ਟਾਪਿਕਸ ਨੇ ਜਿਹੜੇ ਆਪਾਂ ਕੀ ਇਸ ਚੈਪਟਰ ਦੇ ਵਿੱਚ ਥਰਡ ਪਾਰਟ ਦੇ ਵਿੱਚ ਕੀ ਆਪਾਂ ਕੰਪਲੀਟ ਕਰਨੇ ਠੀਕ ਹੈ ਹਾਂਜੀ ਉਸ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਡਿਟਰਮਿਨ ਆਪਾਂ ਇੱਕ ਇੱਕ ਟਾਪਿਕ ਰਹਿ ਗਿਆ ਸੀ ਡਿਟਰਮਾਈਨਿੰਗ ਦੀ ਸੈਕਸ ਆਫ ਅ ਬੇਬੀ ਹੁਣ ਆਪਾਂ ਬੇਬੀ ਦੇ ਸੈਕਸ ਨੂੰ ਕਿਵੇਂ ਡਿਟਰਮਾਈਨ ਕਰ ਸਕਦੀਆਂ ਠੀਕ ਹੈ ਬੇਬੀ ਇਹ ਬੇਬੀ ਹੈ ਆਪਾਂ ਕਿਵੇਂ ਪਤਾ ਲੱਗੂਗਾ ਆਪਾਂ ਨੂੰ ਪਹਿਲਾਂ ਹੀ ਉਹਦੇ ਜਨਮ ਲੈਣ ਤੋਂ ਕਿ ਇਹ ਲੜਕਾ ਹੈ ਜਾਂ ਲੜਕੀ ਹੈ ਉਹ ਕਿਵੇਂ ਡਿਟਰਮਾਈਨ ਕਰਾਂਗੇ ਉਹ ਦੇਖਾਂਗੇ ਆਪਾਂ ਦ ਸੈਕਸ ਆਫ ਅ ਚਾਈਲਡ ਇਜ਼ ਡਿਟਰਮਾਈਨਡ ਐਟ ਦੀ ਟਾਈਮ ਆਫ ਫਰਟੀਲਾਈਜੇਸ਼ਨ ਜਦੋਂ ਕਿ ਫਰਟੀਲਾਈਜੇਸ਼ਨ ਹੁੰਦੀ ਹੈ ਜਦੋਂ ਮੇਲ ਗੈਮੀਟ ਫੀਮੇਲ ਗੈਮੀਟ ਦੇ ਨਾਲ ਫਿਊਜ਼ ਹੁੰਦਾ ਫਰਟੀਲਾਈਜੇਸ਼ਨ ਹੁੰਦੀ ਹੈ ਉਦੋਂ ਹੀ ਆਪਾਂ ਸੈਕਸ ਨੂੰ ਕਿ ਡਿਟਰਮਾਈਨ ਕਰ ਸਕਦੇ ਹਾਂ ਠੀਕ ਹੈ ਇਟ ਡਿਪੈਂਡਸ ਔਨ ਦੀ ਮੇਲ ਗੈਮੀਟ दैट ਫਿਊਜ਼ਸ ਵਿਦ ਦੀ ਫੀਮੇਲ ਗੈਮੀਟ ਇਹ ਕੀਤੇ ਡਿਪੈਂਡ ਕਰਦਾ ਹੈ ਮੇਲ ਗੈਮੀਟ ਤੇ ਫੀਮ ਫੀਮੇਲ ਗੈਮੀਟ ਦੇ ਵਿੱਚ ਕੀ ਤੇ ਕੀ ਡਿਪੈਂਡ ਕਰਦਾ ਠੀਕ ਹੈ ਦਾ ਚਾਂਸਸ ਔਫ ਦੀ ਚਾਈਲਡ ਟੂ ਬੀ ਮੇਲ অর ਅ ਫੀਮੇਲ ਆਰ 50 50 ਦੇਖੋ ਚਾਂਸਸ ਕੀ ਹੈ ਚਾਈਲਡ ਦੇ ਮੇਲ ਜਾਂ ਫੀਮੇਲ ਹੋਣ ਦੇ ਕੀ 50 50 ਚਾਂਸਸ ਨੇ ਠੀਕ ਹੈ ਇਨ ਹਿਊਮਨਸ ਦਾ ਸਾਇੰਟੀਫਿਕਲੀ ਦਾ ਸੈਕਸ ਔਫ ਅ ਚਾਈਲਡ ਇਜ਼ ਡਿਟਰਮਾਈਨਡ ਬਾਈ ਦਾ ਫਾਦਰ ਨਾਟ ਬਾਈ ਦੀ ਮਦਰ ਦੇਖੋ ਆਪਣੇ ਕੀਆ ਸੋਸਾਇਟੀ ਦੇ ਵਿੱਚ ਇਹੀ ਆ ਕਿ ਆਪਾਂ ਮਦਰ ਨੂੰ ਹੀ ਦੋਸ਼ ਕਰਦੇ ਆਂ ਅਗਰ ਲੜਕੀ ਹੋਈ ਤਾਂ ਆਪਾਂ ਕਹਾਂਗੇ ਮਦਰ ਦਾ ਕਸੂਰ ਨਹੀਂ ਇਹ ਡਿਪੈਂਡ ਕਰਦਾ ਕੀ ਦੇ ਤੇ ਇਹ ਸੈਕਸ ਹਾਰਮੋਨਸ ਤੇ ਡਿਪੈਂਡ ਕਰਦਾ ਠੀਕ ਹੈ ਮੇਨਲੀ ਇਹ ਕੀ ਦੇ ਤੇ ਡਿਪੈਂਡ ਕਰਦਾ ਫਾਦਰ ਤੇ ਡਿਪੈਂਡ ਕਰਦਾ ਕਿ ਫਾਦਰ ਹੈ ਜਿਹੜਾ ਉਸ ਤੋਂ ਕਿਹੜਾ ਗੈਮੀਟ ਜਾ ਰਿਹਾ ਠੀਕ ਹੈ ਅੱਗੇ ਆਪਾਂ ਪੜਾਂਗੇ XY ਮੇਲ ਦੇ ਗੈਮੀਟ ਹੁੰਦੇ ਆ ਉਹ ਫੀਮੇਲ ਦੇ ਫੀਮੇਲ ਕੁਲ ਸਿਫਸ XX क्रोमोसोम्स ਹੁੰਦੇ ਜਿਹਦੇ ਨਾਲ ਅੱਗੇ ਆਪਾਂ ਦੇਖਾਂਗੇ ਠੀਕ ਹੈ ਡਿਪੈਂਡ ਸਾਇੰਟੀਫਿਕਲੀ ਕੀ ਹੈ ਜਿਹੜਾ ਸੈਕਸ ਆਫ ਅ ਚਾਈਲਡ ਹੈ ਠੀਕ ਹੈ ਪਤਾ ਚੱਲ ਗਿਆ ਲੜਕਾ ਹੈ ਜਾਂ ਲੜਕੀ ਹੋ ਮੇਨਲੀ ਡਿਪੈਂਡ ਕਿਤੇ ਕਰਦਾ ਹੈ ਫਾਦਰ ਤੇ ਕਰਦਾ ਹੈ ਨਾਟ ਮਦਰ ਤੇ ਠੀਕ ਹੈ ਦ ਕੈਰੈਕਟਿਸਟਿਕਸ ਆਫ ਆਰਗਾਨਿਜ਼ਮਸ ਆਰ ਕੰਟਰੋਲਡ ਬਾਈ ਦੀ ਕਰੋਮੋਸੋਮਸ ਪ੍ਰੈਜ਼ెంట్ ਇਨ ਦੀ ਨਿਊਕਲੀਅਸ ਆਪਾਂ ਕਿ ਪ੍ਰੀਵੀਅਸ ਚੈਪਟਰ ਦੇ ਵਿੱਚ ਆਪਾਂ ਕਰੋਮੋਸੋਮ ਪੜਿਆ ਸੀ ਠੀਕ ਹੈ ਰੀਪ੍ਰੋਡਕਸ਼ਨ ਇਨ ਐਨੀਮਲਸ ਦੇ ਵਿੱਚ ਸ਼ਾਇਦ ਆਪਾਂ ਕੀ ਪੜਿਆ ਸੀ ਕਰੋਮੋਸੋਮ ਪੜੇ ਸੀਗੇ chromosomes aapna nu pata chromosome apne ki characteristics ki hai apne ki parents to offspring jehde characteristics apne jande hai theek hai oh ki chromosome te depend karde hain oh kida the characteristics of an organisms are controlled by the chromosomes present in the nucleus ehi ek characteristics hai jehde organisms te oh kide dwara control kite jande chromosome chromosome kithe present hunda nucleus de vich ਠੀਕ ਹੈ ਕਰੋਮੋਸੋਮਸ ਵਿਚ ਡਿਟਰਮਾਈਨ ਦੀ ਸੈਕਸ ਆਰ ਕਾਲ ਦੀ ਸੈਕਸ ਕਰੋਮੋਸੋਮਸ ਜਿਹੜੇ ਕਰੋਮੋਸੋਮਸ ਕੇ ਸੈਕਸ ਨੂੰ ਡਿਟਰਮਾਈਨ ਕਰਦੇ ਹਨ ਉਹਨਾਂ ਆਪਾਂ ਕੀ ਕਹਿੰਦੇ ਆ ਸੈਕਸ ਕਰੋਮੋਸੋਮਸ देयर इज अ ਪੇਅਰ ਆਫ ਕਰੋਮੋਸੋਮਸ ਦੈਟ ਡਿਟਰਮਾਈਨ ਦੀ ਸੈਕਸ ਇਥੇ ਕਿ ਪੇਅਰ ਆਫ ਕਰੋਮੋਸੋਮਸ ਹੁੰਦੇ ਆ ਸੈਕਸ ਕਰੋਮੋਸੋਮਸ ਦੇ ਜਿਹੜੇ ਕਿ ਸੈਕਸ ਨੂੰ ਡਿਟਰਮਾਈਨ ਕਰਦੇ ਆ ਇਨ ਮੇਲ ਮੇਲਸ ਦੇ ਵਿੱਚ ਕਿਹੜੇ ਹੁੰਦੇ ਆ XY ਕਰੋਮੋਸੋਮਸ ਐਂਡ ਫੀਮੇਲਸ ਦੇ ਵਿੱਚ ਕਿਹੜੇ ਹੁੰਦੇ ਆ XX ਕਰੋਮੋਸੋਮਸ ਇਹ ਇੰਪੋਰਟੈਂਟ ਪੁਆਇੰਟ ਹੈ ਮੇਲਸ ਦੇ ਵਿੱਚ ਕੀ ਹੈ ਐਕਸ ਵਾਈ ਕ੍ਰੋਮੋਸੋਮ ਹੁੰਦੇ ਆ ਸੈਕਸ ਕ੍ਰੋਮੋਸੋਮਸ ਜਿਹੜੇ ਹੁੰਦੇ ਮੇਲਸ ਦੇ ਵਿੱਚ ਐਕਸ ਵਾਈ ਕ੍ਰੋਮੋਸੋਮਸ ਫੀਮੇਲਸ ਦੇ ਵਿੱਚ ਕੀ ਹੈ ਐਕਸ ਐਕਸ ਕ੍ਰੋਮੋਸੋਮਸ ਹੈਂਸ ਦ ਮੇਲ ਫਾਰਮ ਟੂ ਟਾਈਪਸ ਆਫ ਦੀ ਗੇਮੇਟਸ ਠੀਕ ਹੈ ਵਨ ਕੈਰਿੰਗ ਦੀ ਐਕਸ ਕ੍ਰੋਮੋਸੋਮਸ ਐਂਡ ਅਦਰ ਕੈਰਿੰਗ ਦੀ ਵਾਈ ਕ੍ਰੋਮੋਸੋਮਸ ਮੇਲਸ ਦੇ ਵਿੱਚ ਕੀ ਦੋ ਤਰ੍ਹਾਂ ਦੇ ਗੇਮੇਟਸ ਹੁੰਦੇ ਆ ਟੂ ਟਾਈਪਸ ਆਫ ਗੈਮੀਟਸ ਹੁੰਦੇ ਇੱਕ ਕੀ ਐਕਸ ਕ੍ਰੋਮੋਸੋਮਸ ਹੁੰਦੇ ਆ ਦੂਸਰੇ ਕੈਰੀ ਕਰਦੇ ਆ ਵਾਈ ਕ੍ਰੋਮੋਸੋਮਸ ਨੂੰ ਠੀਕ ਹੈ ਦ ਫੀਮੇਲ ਆਲਵੇਸ ਫਾਰਮ ਅ ਗੈਮੀਟ ਥੈਟ ਕੈਰੀ ਜਸਟ ਦੀ ਐਕਸ ਕ੍ਰੋਮੋਸੋਮਸ ਤੇ ਫੀਮੇਲ ਕੋਲੇ ਜਿਹੜੇ ਗੈਮੀਟ ਹੁੰਦਾ ਹੋਮੇਸ਼ਾ ਕੇ ਐਕਸ ਕ੍ਰੋਮੋਸੋਮਸ ਨਹੀਂ ਕੈਰੀ ਕਰਕੇ ਰੱਖਦੇ ਇੱਕੋ ਤਰ੍ਹਾਂ ਦਾ ਕੀ ਕ੍ਰੋਮੋਸੋਮ ਕੈਰੀ ਕਰਦੇ ਆ ਠੀਕ ਧੇਰਫੋਰ ਐਟ ਦੀ ਟਾਈਮ ਆਫ ਫਰਟੀਲਾਈਜੇਸ਼ਨ ਹੁਣ ਕੀ ਜਦੋਂ ਫਰਟੀਲਾਈਜੇਸ਼ਨ ਹੋਊਗੀ ਮੇਲ ਕੇ ਗੈਮੀਟ ਫੀਮੇਲ ਗੈਮੀਟ ਦੇ ਨਾਲ ਕੀ ਫਿਊਜ਼ ਕਰੂਗਾ उस टाइम तमें आप सैक्स का पता चलूगा वो देखा आप मेल गैमेट एक्स क्रोमोजोम्स फ्यूज विद द फीमेल गैमेट देखो मेल को मेल है, है ये तो डायग्राम भी दिखती हुई है मेल को एक्स क्रोमोजोम है तो की वाई क्रोमोजोम है ठीक है मेल को ठीक है हूँ इधर की फीमेल है हम फीमेल को xx chromosomes ਠੀਕ ਹੈ ਅਗਰ ਕੀ ਇਹ ਮੇਲ ਦਾ x chromosome ਫੀਮੇਲ ਦੇ ਫੀਮੇਲ ਕੋਲ ਤਾਂ ਇੱਕ ਤਰ੍ਹਾਂ ਦੇ chromosome x ਮੇਲ ਤੇ ਡਿਪੈਂਡ ਕਰ ਰਿਹਾ ਨਾ ਅਗਰ x chromosome ਫਿਊਜ਼ ਹੋ ਰਿਹਾ ਫੀਮੇਲ ਦੇ chromosomes ਦੇ ਨਾਲ ਤਾਂ ਕੀ ਹੋਊਗਾ ਉੱਥੇ ਉਹ ਕੀ ਹੋਊਗਾ xx ਵਾਲਾ ਕੀ ਹੋਊਗਾ ਫੀਮੇਲ ਜਿਹੜਾ ਕੀ ਇਹ ਬੇਬੀ ਹੋਊਗਾ ਉਹ ਕੀ ਹੋਊਗੀ ਲੜਕੀ ਹੋਊਗੀ ਠੀਕ ਹੈ ਅਗਰ ਕੀ y chromosomes x ਦੇ ਨਾਲ ਕੀ ਕਰ ਰਿਹਾ ਫਿਊਜ਼ ਕਰ ਰਿਹਾ ਤਾਂ ਉੱਥੇ ਕੀ ਹੋਊਗਾ ਮੇਲ ਤਾਂ ਬੇਬੀ ਜਿਹੜਾ ਹੋਊਗਾ ਉਹ ਕੀ ਹੋਊਗਾ ਮੇਲ ਠੀਕ ਹੈ ਇਹੀ ਇਹਨਾਂ ਨੇ ਕਿਹਾ ਇਫ ਦੀ ਮੇਲ ਗੈਮੀਟ ਐਕਸ ਕਰੋਮੋਸੋਮਸ ਫਿਊਜ਼ਸ ਵਿਦ ਦੀ ਫੀਮੇਲ ਗੈਮੀਟ ਹੁਣ ਐਕਸ ਕਰੋਮੋਸੋਮ ਅਗਰ ਕੀ ਫਿਊਜ਼ ਹੋ ਰਿਹਾ ਫੀਮੇਲ ਗੈਮੀਟ ਦੇ ਨਾਲ ਦਾ ਆਫਸਪ੍ਰਿੰਗ ਇਜ਼ ਫੀਮੇਲ ਅਗਰ ਐਕਸ ਐਕਸ ਹੋ ਰਿਹਾ ਤਾਂ ਆਫਸਪ੍ਰਿੰਗ ਜਿਹੜਾ ਬੱਚਾ ਹੋਊਗਾ ਉਹ ਕੀ ਹੋਊਗਾ ਫੀਮੇਲ ਹੋਊਗਾ if the male gamete carrying y chromosomes fuses with the female gamete the offspring is male ਜੇ ਕਿ y chromosome fuse ਹੋ ਰਿਹਾ y chromosome female gamete ਦੇ ਨਾਲ ਕੀ ਹੋ ਰਿਹਾ fuse ਹੋ ਰਿਹਾ ਤਾਂ male ਹੋਊਗਾ ਉੱਥੇ ਠੀਕ ਹੈ ਇਹੀ ਤੁਹਾਡੇ ਡਾਇਗ੍ਰਾਮ ਦੇ ਵਿੱਚ ਸ਼ੋ ਕੀਤਾ ਹੋਇਆ ਕਿ ਦੋ ਤਰ੍ਹਾਂ ਦੇ ਸਪਰਮਸ ਹੁੰਦੇ ਆ ਉਹਨਾਂ ਦੇ ਵਿੱਚ ਕ੍ਰੋਮੋਸੋਮਸ ਜਿਹੜੇ ਸੈਕਸ ਕ੍ਰੋਮੋਸੋਮਸ ਹੁੰਦੇ ਆ ਉਹ ਕਿੰਦੇ ਐਕਸ ਤੇ ਵਾਈ ਕਿਦੇ ਵਿੱਚ ਮੇਲ ਦੇ ਵਿੱਚ ਠੀਕ ਹੈ ਹੁਣ ਅਗਰ ਕਿ ਇਹ ਵਾਈ ਕ੍ਰੋਮੋਸੋਮ ਹੈ ਜਿਹੜਾ ਉਮ ਐਕਸ ਦੇ ਨਾਲ ਕੀ ਹੋ ਰਿਹਾ ਫਿਊਜ਼ ਹੋ ਰਿਹਾ ਤੇ ਮੇਲ ਹੋਊਗਾ ਚਾਈਲਡ ਕੀ ਹੋਊਗਾ ਬੋਏ ਹੋਊਗਾ ਅਗਰ ਕੀ ਐਕਸ ਐਕਸ ਨਾਲ ਫਿਊਜ਼ ਕਰ ਰਿਹਾ ਤੇ ਕੀ ਹੋਊਗੀ ਫੀਮੇਲ ਤੇ ਕੀ ਹੋਊਗੀ ਲੜਕੀ ਹੋਊਗੀ ਠੀਕ ਹੈ ਇਸ ਲਈ ਆਪਾਂ ਜਿਹੜਾ ਡਿਟਰਮਾਈਨ ਕਰ ਸਕਦੇ ਹਾਂ ਕਿ ਫਰਟੀਲਾਈਜੇਸ਼ਨ ਦੇ थ्रू ਆਪਾਂ ਕੀ ਸੈਕਸ ਡਿਟਰਮਾਈਨ ਕਰ ਸਕਦੇ ਹਾਂ ਜਦੋਂ ਫਰਟੀਲਾਈਜੇਸ਼ਨ ਹੁੰਦੀ ਹੈ ਜਦੋਂ ਫਿਊਜ਼ਨ ਹੁੰਦੀ ਹੈ ਆਪਾਂ ਉਦੋਂ ਹੀ ਕੀ ਹੈ ਆਪਣੀ ਜਿਹੜੇ ਆਫਸਪ੍ਰਿੰਗ ਹੈ ਉਹਦਾ ਕੀ ਹੈ ਸੈਕਸ ਡਿਟਰਮਾਈਨ ਕਰ ਸਕਦੇ ਹਾਂ ਠੀਕ ਹੈ ਤੇ ਮੇਲ ਹੀ ਡਿਪੈਂਡ ਕਿਦੇ ਤੇ ਹੁੰਦਾ ਹੈ ਫਾਦਰ ਤੇ ਡਿਪੈਂਡ ਹੁੰਦਾ ਕਿਉਂਕਿ ਉਸ ਦੇ ਕੋਲ ਕੀ ਦੋ ਤਰ੍ਹਾਂ ਦੇ ਐਕਸ ਕਰੋਮੋਸੋਮਸ ਦੋ ਤਰ੍ਹਾਂ ਦੇ ਕਰੋਮੋਸੋਮਸ ਹੁੰਦੇ ਐ ਸੈਕਸ ਕਰੋਮੋਸੋਮਸ ਐਕਸ ਵਾਈ ਫੀਮੇਲ ਕੋਲ ਤਾਂ ਕੀ ਇੱਕ ਤਰ੍ਹਾਂ ਦੇ ਹੀ ਹੁੰਦਾ ਉਹ ਡਿਪੈਂਡ ਕਰੂਗਾ ਕਿ ਮੇਲ ਮੇਲ ਦਾ ਕਿਹੜਾ ਕਰੋਮੋਸੋਮ ਹੈ ਜਿਹੜਾ ਕਿ ਫੀਮੇਲ ਦੇ ਨਾਲ ਕੀ ਹੋ ਰਿਹਾ ਫਿਊਜ਼ ਹੋ ਰਿਹਾ ਉਸ ਤੋਂ ਆਪਾਂ ਕੀ ਹੈ ਸੈਕਸ ਡਿਟਰਮਾਈਨ ਕਰ ਸਕਦੇ ਹਾਂ ਠੀਕ ਹੈ ਜੀ ਐਂਡ ਦੀ ਨੈਕਸਟ ਹੈਗਾ ਰੋਲ ਆਫ ਹਾਰਮones ਇਨ ਦੀ ਮੈਟਾਫੋਰਮੋਰਫਿਸਮ ਦੇਖੋ ਮੈਟਾਮੋਰਫੋਸਿਸ ਕੀ ਆਪਾਂ ਪਹਿਲਾਂ ਕਰ ਚੁੱਕੇ ਹਾਂ ਪ੍ਰੀਵੀਅਸ ਚੈਪਟਰ ਦੇ ਵਿੱਚ ਮੈਟਾਮੋਰਫੋਸਿਸ ਕਿਹੜੇ ਹੁੰਦੇ ਆ ਜਿਦੇ ਵਿੱਚ ਕੀ ਆ ਕਾਫੀ ਸਟੇजेस ਦੇ ਵਿੱਚ ਹੁੰਦੀ ਉਹਨਾਂ ਨੂੰ ਕੀ ਲੱਗਣਾ ਚਾਹੀਦਾ ਲੱਗਦੇ ਆ ਤੇ ਮੇਨਲੀ ਜਿਹੜੇ ਕੀ ਹੁੰਦੇ ਆ ਜਿਹੜੇ ਆਫਸਪ੍ਰਿੰਗਸ ਹੁੰਦੇ ਆ ਉਹ ਕੀ ਹੈ ਜਦੋਂ ਕੀ ਆਫਸਪ੍ਰਿੰਗਸ ਇਹਨਾਂ ਨੂੰ ਕੀ ਮੈਟਾਮੋਰਫੋਸਿਸ ਕੀ ਸੀਗਾ ਬਹੁਤ ਸਾਰੀ ਸੀਰੀਜ਼ ਸੀਰੀਜ਼ ਆਫ ਚੇਂजेस ਦੇ ਵਿੱਚ ਸਟਰਕਚਰ ਦੇ ਵਿੱਚ ਕਾਫੀ ਚੇਂजेस ਹੁੰਦੀਆਂ ਜਿਵੇਂ ਆਪਾਂ ਫੋਰ ਐਗਜ਼ਾਮਪਲ ਪੜ੍ਹਿਆ ਸੀ ਫਰੌਗ ਵਾਲਾ frog ਕੀ ਪਹਿਲਾ frog ਦੇ ਆਪਾਂ ਕਾਫੀ ਸਟਰਕਚਰ ਪੜੇ ਸੀ ਬਟਰਫਲਾਈ ਦੇ ਪੜੇ ਸੀ ਠੀਕ ਹੈ ਬਟਰਫਲਾਈ ਕੀ ਕਰਦਾ ਪਹਿਲਾਂ ਉੱਚੀ ਚੇਂਜ ਹੁੰਦਾ ਹੈ ਕੈਟਰਪੀਲਰ ਚ ਫਿਰ ਪਿਪਾ ਚ ਫਿਰ ਕੀ ਹੈ ਦੁਬਾਰਾ ਕੀ ਹੁੰਦਾ ਫਿਰ ਨੈਕਸਟ ਕੀ ਬਟਰਫਲਾਈ ਦੇ ਵਿੱਚ ਚੇਂਜ ਹੁੰਦਾ ਹੈ ਨਾ frog ਦਾ ਵੀ ਆਪਾਂ ਪੜਿਆ ਸੀ ਸਭ ਤੋਂ ਪਹਿਲਾਂ ਕੀ ਹੁੰਦਾ ਠੀਕ ਹੈ ਫਰੌਗ ਦਾ ਆਪਾਂ ਪੜਿਆ ਸੀ ਪਹਿਲੇ ਟੈਡਪੋਲ ਦੇ ਵਿੱਚ ਚੇਂਜ ਹੁੰਦਾ ਫਿਰ ਟੈਡਪੋਲ ਦੀਆਂ ਕੀ ਲੈਗਸ ਹੁੰਦੀਆਂ ਲੈਗਸ ਤੋਂ ਬਾਅਦ ਕੀ ਫਿਰ ਕੀ ਹੈ ਉਹ ਕੀ ਆ ਫਰੌਗ ਦੇ ਵਿੱਚ ਕੀ ਟਰਨ ਕਰਦਾ ਠੀਕ ਹੈ ਇਹ ਸਾਰੀਆਂ ਚੇਂजेस ਜਿਹੜੀਆਂ ਕਿ ਆਪਾਂ ਦੇਖਿਆ ਸੀ ਮੈਟਾਮੋਰਫਸਿਸਸ ਤੇ ਤੇ ਜਿਹੜਾ ਇਹਦਾ ਨਿਊਲੀ ਹੈਚਡ ਆਫਸਪ੍ਰਿੰਗ ਹੋਊਗਾ ਉਹ ਕੀ ਪੇਰੈਂਟਸ ਦੇ ਨਾਲ ਮੈਚ ਨਹੀਂ ਕਰੂਗਾ ਠੀਕ ਹੈ ਉਹ ਉਹਦੇ ਵਿੱਚ ਕੀ ਸਟਰਕਚਰ ਦੇ ਵਿੱਚ ਕਾਫੀ ਸਾਰੀਆਂ ਚੇਂजेस ਹੁੰਦੀਆਂ ਦੈਨ ਨੈਕਸਟ ਕੀ ਹੈ ਫਿਰ ਉਹ ਆਪਣੇ ਕੀ ਪੇਰੈਂਟਸ ਦੇ ਨਾਲ ਕੀ ਮੈਚ ਕਰੂਗਾ ਇਹ ਆਪਾਂ ਕੀ ਮੈਟਾਮੋਰਫਸਿਸਸ ਤਾਂ ਪੜਿਆ ਸੀ ਠੀਕ ਹੈ ਹੁਣ ਇਹਦੇ ਵਿੱਚ ਕੀ ਹੁੰਦਾ ਰੋਲ ਇਹਨਾਂ ਦੇ ਵਿੱਚ ਕਿਹੜਾ ਹਾਰਮੋਨ ਹੈ ਜਿਹੜਾ ਕਿ ਇਹ ਮੈਟਾਮੋਰਫਸਿਸ ਦੇ ਵਿੱਚ ਕਿਹੜਾ ਹਾਰਮੋਨ ਜਿਹੜਾ ਰੋਲ ਕਰਦਾ ਉਹ ਦੇਖਾਂਗੇ ਆਪਾਂ ਇਨ ਦੀ ਲਾਈਫ ਸਾਈਕਲ ਆਫ ਅ ਫਰੌਗ ਦਾ ਟੈਡਪੋਲ ਪਾਸਸਸ ਥਰੂ ਅ ਸਰਟਨ ਚੇਂਜਸ ਹੁ ਟੈਡਪੋਲ ਦੀਆਂ ਕਾਫੀ ਸਾਰੀਆਂ ਸਟੇਜਸ ਹੁੰਦੀਆਂ ਜਿਹਦੇ ਵਿੱਚ ਹੁੰਦੀ ਹੈ ਲੰਘਦਾ ਠੀਕ ਹੈ ਫਿਰ ਇਹ ਜਾ ਕੇ ਕੀ ਫਰੌਗ ਬਣਦਾ ਇਨ ਫਰੌਗ ਦਾ ਮੈਟਾਮੋਰਫਸਿਸ ਇਜ਼ ਕੰਟਰੋਲਡ ਬਾਈ ਥਾਇਰੋਕਸਿਨ ਹੁਣ ਆਪਣੀ ਵੀ ਹਾਰਮੋਨ ਸੀਗੇ ਜਿਨ੍ਹਾਂ ਨੇ ਕੰਟਰੋਲ ਕਰ ਰਹੇ ਸੀਗੇ ਠੀਕ ਹੈ ਪਿਟਿਟਰੀ ਗਲੈਂਡ ਹੈ ਜਿਹੜਾ ਉਹ ਸਾਰੇ ਹਾਰਮੋਨਸ ਨੂੰ ਕੀ ਕੰਟਰੋਲ ਕਰਦਾ ਤੇ ਇੱਥੇ ਕਿਹੜਾ ਹਾਰਮੋਨ ਹੈ ਜਿਹੜਾ ਕੰਟਰੋਲ ਕਰਦਾ ਉਹ ਕਿਹੜਾ ਥਾਇਰੋਕਸਿਨ ਠੀਕ ਹੈ ਦ ਹਾਰਮੋਨ ਪ੍ਰੋਡਿਊਸਡ ਬਾਈ ਦੀ ਥਾਇਰੋਇਡ ਗਲੈਂਡ ਥਾਇਰੋਕਸਿਨ ਜਿਹੜਾ ਹਾਰਮੋਨ ਆ ਕਿਦੇ ਦੁਆਰਾ ਪ੍ਰੋਡਿਊਸ ਕੀਤਾ ਜਾਂਦਾ ਥਾਇਰੋਇਡ ਗਲੈਂਡ ਦੁਆਰਾ ਠੀਕ ਹੈ ਦ ਪ੍ਰੋਡਕਸ਼ਨ ਆਫ ਥਾਇਰੋਕਸਿਨ ਰਿਕਵਾਇਰਸ ਦੀ ਪ੍ਰੈਜ਼ੈਂਸ ਆਫ ਆਇਓਡੀਨ ਇਨ ਵਾਟਰ ਜਿਹੜਾ ਥਾਇਰੋਕਸਿਨ ਹੈ ਉਹ ਕੀ ਹੈ ਉਹਨੂੰ ਕੀ ਚਾਹੀਦਾ ਉਹਨੂੰ ਕੀ ਚਾਹੀਦਾ ਵਾਟਰ ਦੇ ਵਿੱਚ ਕੀ ਪ੍ਰੈਜ਼ੈਂਸ ਹੋਣੀ ਚਾਹੀਦੀ ਆਇਓਡੀਨ ਦੀ ਅਗਰ ਵਾਟਰ ਦੇ ਵਿੱਚ ਆਇਓਡੀਨ ਪ੍ਰੈਜ਼ੈਂਟ ਹੈ ਤਾਂ ਹੀ ਥਾਇਰੋਕਸਿਨ ਜਿਹੜਾ ਕੰਮ ਕਰਦਾ ਠੀਕ ਹੈ ਇਨਸਫੀਸ਼ੀਐਂਟ ਅਮਾਉਂਟ ਆਫ ਆਇਓਡੀਨ ਇਨ ਵਾਟਰ ਅਫੈਕਟਸ ਦੀ ਗਰੋਥ ਆਫ ਦੀ ਟੈਡਪੋਲ ਜੇ ਕਿ ਵਾਟਰ ਦੇ ਵਿੱਚ ਇਨਸਫੀਸ਼ੀਐਂਟ ਅਮਾਉਂਟ ਹੈ ਮਤਲਬ ਕਿ ਅਮਾਉਂਟ ਘੱਟ ਹੈ ਠੀਕ ਹੈ ਕਿਹਦੇ ਵਿੱਚ ਕਿ ਆ ਵਾਟਰ ਦੇ ਵਿੱਚ ਆਇਓਡੀਨ ਦੀ ਅਮਾਉਂਟ ਘਟ ਵੱਧਦਾ ਤਾਂ ਉਹ ਕੀ ਹੈ ਟੈਡਪੂਲ ਦੀ ਜਿਹੜੀ ਗਰੋਥ ਹੈ ਉਹਦੇ ਤੇ ਕੀ ਇਫੈਕਟ ਕਰੂਗਾ ਤੇ ਅਸਰ ਕਰੂਗਾ ਠੀਕ ਹੈ so to grow the tadpoles into the frogs ਇਸ ਲਈ ਕਿ ਟੈਡ ਪ੍ਰੋ ਟੈਡਪੋਨ ਕਿ ਫਰੌਗਸ ਦੇ ਵਿੱਚ ਚੇਂਜ ਹੋਣ ਲਈ ਆਪਾਂ ਨੂੰ ਕਿ the water in which they are growing should have sufficient amount of water ਆਇਓਡੀਨ ਇਸ ਲਈ ਕਿ ਉਹਨਾਂ ਦੀ ਗਰੋਥ ਦੇ ਲਈ ਕਿ ਵਾਟਰ ਦੇ ਵਿੱਚ ਕਿ ਸਫੀਸ਼ੀਐਂਟ ਅਮਾਉਂਟ ਆਫ ਆਇਓਡੀਨ ਹੋਣੀ ਚਾਹੀਦੀ ਹੈ ਇਨਸੈਕਟਸ ਮੈਟਾਮੋਰਫੋਸਿਸ ਇਜ਼ ਕੰਟਰੋਲਡ ਬਾਈ ਦੀ ਇਨਸੈਕਟ ਹਾਰਮੋਨਸ ਠੀਕ ਹੈ ਇਨਸੈਕਟਸ ਦੇ ਵਿੱਚ ਕਿ ਜਿਹੜੀ ਮੈਟਾਮੋਰਫੋਸਿਸ ਹੁੰਦੀ ਹੈ ਉਹ ਇਨਸੈਕਟ ਹਾਰਮੋਨਸ ਜਿਹੜੇ ਹੁੰਦੇ ਆ ਉਹਨਾਂ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ ਹਾਂਜੀ ਅੱਗੇ ਹੈਗਾ ਰੀਪਰੋਡਕਟਿਵ ਹੈਲਥ ਹੁਣ ਆਪਾਂ ਕੀ ਰੀਪਰੋਡਕਟਿਵ ਗਰੋਥ ਹੈ ਜਿਹੜੀ ਉਹਦੇ ਲਈ ਆਪਾਂ ਕੀ ਕੀ ਆਪਣੀ ਡਾਈਟ ਵਗੈਰਾ ਲੈਣਾ ਚਾਹੁੰਦੇ ਆ ਕਿਸ ਤਰ੍ਹਾਂ ਦੀ ਡਾਈਟ ਹੋਣੀ ਚਾਹੀਦੀ ਹੈ to maintain the good health one has to take the balanced diet ਠੀਕ ਹੈ ਆਪਾਂ ਨੂੰ ਆਪਣੀ ਕੀ ਹੈਲਥ ਮੇਨਟੇਨ ਕਰਨ ਲਈ ਆਪਾਂ ਨੂੰ ਪਤਾ ਹੈ ਕਿ ਆਪਾਂ ਬੈਲੈਂਸ ਡਾਈਟ ਲੈਣੀ ਚਾਹੀਦੀ ਹੈ ਜੰਕ ਫੂਡ ਨੂੰ ਕੀ ਅਵੋਇਡ ਕਰਨਾ ਚਾਹੀਦਾ ਹੈ ਰੈਗੂਲਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਠੀਕ ਹੈ ਇਫ ਥੀਸ ਹੈਬਿਟਸ ਆਰ ਟੇਕਨ ਕੇਅਰ ਡਿਊਰਿੰਗ ਦੀ ਐਡੋਲੈਸੈਂਸ ਜਦੋਂ ਆਪਣੀ ਕੀ ਤੂੰ ਜਿਹੜੀ 15 18 ਤੱਕ ਜਿਹੜੀ ਟੀਨੇਜ ਵਾਲੀ ਜਿਹੜੀ ਆਪਣੀ ਸਟੇਜ ਹੁੰਦੀ ਹੈ ਅਗਰ ਉੱਥੇ ਆਪਾਂ ਕੀ ਆਪਣੀ ਇਹ ਹੈਬਿਟਸ ਦਾ ਕੀ ਖਿਆਲ ਰੱਖਾਂਗੇ ਦੇ ਊਡ ਪ੍ਰੂਵ ਟੂ ਬੀ ਬੈਨੀਫੀਸ਼ੀਅਲ ਐਂਡ ਕੀਪ ਐਨ ਇੰਡੀਵਿਜੂਅਲ ਇਨ ਅ ਗੁੱਡ ਸਟੇਟ ਆਫ ਫਿਜ਼ੀਕਲ ਐਂਡ ਮੈਂਟਲ ਬੀਿੰਗ ਤਾਂ ਫਿਰ ਆਪਣੀ ਕੀ ਫਿਜ਼ੀਕਲ ਤੇ ਮੈਂਟਲ ਗ੍ਰੋਥ ਦੇ ਵਿੱਚ ਕੀ ਹੈ ਕਾਫੀ ਜ਼ਿਆਦਾ ਕੀ ਆਪਣੀ ਹੈਲਪ ਕਰਦੀ ਹੈ ਕਾਫੀ ਜ਼ਿਆਦਾ ਕੀ ਹੈ ਬੈਨੀਫੀਸ਼ੀਅਲ ਹੁੰਦੀ ਹੈ ਜੇ ਅਗਰ ਆਪਾਂ ਕੀ ਆਪਣੀ ਡੇਲੀ ਆਪਣੀ ਬੈਲੈਂਸਡ ਡਾਈਟ ਲਈਏ ਡੇਲੀ ਕੀ ਐਕਸਰਸਾਈਜ਼ ਕਰੀਏ ਠੀਕ ਹੈ ਨਿਊਟ੍ਰੀਸ਼ਨਲ ਨੀਡਸ of the adolescent adolescent ਦਿੱਤੀ ਆਪਾਂ ਨੂੰ ਕਿਹੜੀ ਕਿਹੜੀ ਨਿਊਟ੍ਰੀਸ਼ਨਲ ਨੀਡਸ ਨੇ ਠੀਕ ਹੈ ਉਹ ਦੇਖਾਂ ਇਟ ਹੈਸ ਬੀਨ ਸੀਨ ਦੈਟ ਡੂਰਿੰਗ ਅ ਐਡੋਲਸੈਂਸ देयर इज अ ਰੈਪਿਡ ਗ੍ਰੋਥ ਆਫ ਗ੍ਰੋਥ ਐਂਡ ਡਿਵੈਲਪਮੈਂਟ ਹੁਣ ਆਪਾਂ ਦੇਖਿਆ ਸੀ 11 ਟੂ 18 ਦੇ ਇਥੇ ਆਪਣੀ ਕਾਫੀ ਜ਼ਿਆਦਾ ਕੀ ਗ੍ਰੋਥ ਹੁੰਦੀ ਹੈ ਠੀਕ ਹੈ ਹੈਂਸ ਅ ਬੈਲੈਂਸ ਡਾਈਟ ਇਜ਼ ਵੈਰੀ ਨੈਸੈਸਰੀ ਉਸ ਸਟੇਜ ਤੇ ਆਪਾਂ ਨੂੰ ਕਿ ਬੈਲੈਂਸ ਡਾਈਟ ਕੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਠੀਕ ਹੈ ਅ ਬੈਲੈਂਸ ਡਾਈਟ ਇਨਕਲੂਡਸ ਦੀ ਪ੍ਰੋਟੀਨ ਹੁਣ ਬੈਲੈਂਸ ਡਾਈਟ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਪ੍ਰੋਟੀਨਸ ਹੋਣੇ ਚਾਹੀਦੇ ਕਾਰਬੋਹਾਈਡਰੇਟਸ ਹੋਣੇ ਚਾਹੀਦੇ ਫੈਟਸ ਮਿਨਰਲਸ ਵਿਟਾਮਿਨਸ ਠੀਕ ਹੈ ਇਨ ਡਿਜ਼ਾਇਰਡ ਪ੍ਰੋਪੋਰਸ਼ਨਸ ਆ ਸਟੇਪਲ ਫੂਡ ਆਫ ਰੋਟੀ ਰਾਈਸ ਦਾਲ ਵੈਜੀਟੇਬਲਸ ਫਾਰਮਸ ਅ ਬੈਲੈਂਸ ਡਾਈਟ ਹੁਣ ਆਪਣੇ ਜਿਹੜਾ ਕਿ ਡੇਲੀ ਦਾ ਫੂਡ ਆ ਉਹਦੇ ਵਿੱਚ ਕੀ ਰੋਟੀ ਰਾਈਸ ਦਾਲ ਚਾਵਲ ਹੋਣੇ ਚਾਹੀਦੇ ਆ ਉਹ ਕਿ ਇੱਕត្រੰਦੀ ਬੈਲੈਂਸਡ ਡਾਈਟ ਹਦੀ ਕਿ ਫਰੂਟਸ ਆਰ ਆਲਸੋ ਐਸੈਂਸ਼ੀਅਲ ਕੰਪੋਨੈਂਟ ਆਫ ਅ ਬੈਲੈਂਸਡ ਡਾਈਟ ਫਰੂਟਸ ਵੀ ਐਸੈਂਸ਼ੀਅਲ ਕੰਪੋਨੈਂਟ ਨੇ ਮਿਲਕ ਲੈਣਾ ਚਾਹੀਦਾ ਠੀਕ ਹੈ ਆਇਰਨ ਰਿਚ ਫਰੂਟਸ ਜਿਹੜੇ ਗ੍ਰੀਨ ਵੈਜੀਟੇਬਲਸ ਹੁੰਦੇ ਆ ਉਹ ਸਾਰੇ ਆਇਰਨ ਰਿਚ ਹੁੰਦੇ ਠੀਕ ਹੈ ਉਹ ਲੈਣੇ ਚਾਹੀਦੇ ਲੀਫੀ ਵੈਜੀਟੇਬਲਸ ਜਾ ਅਗਰੀ ਮੀਟ ਇਹ ਸਾਰੇ ਕੀ ਆ ਆਇਰਨ ਰਿਚ ਕੀ ਫੂਡ ਨੇ ਠੀਕ ਹੈ edited drinks tinned and canned food ਜਿਹੜੇ ਵੀ ਆਪਾਂ ਕੀ ਡਰਿੰਕ ਕੋਲਡ ਡਰਿੰਕ ਵਗੈਰਾ ਪੀਂਦੇ ਆ ਜਾਂ ਕੈਨਡ ਫੂਡ ਹੁੰਦੇ ਆ ਜਿਹੜੇ ਕਿ ਕੈਨ ਦੇ ਵਿੱਚ ਕੀ ਫੂਡ ਨੂੰ ਸਟੋਰ ਕੀਤਾ ਜਾਂਦਾ ਚਿਪਸ 버ગર ਵਗੈਰਾ ਇਹਨਾਂ ਨੂੰ ਸਟੋਰ ਜਿਹੜੇ ਸਟੋਰ ਸਟੋਰੇਜ ਵਾਲੇ ਫੂਡ ਹੈ ਉਹਨਾਂ ਨੂੰ ਆਪਾਂ ਨੂੰ ਕੀ ਅਵੋਇਡ ਕਰਨਾ ਚਾਹੀਦਾ ਠੀਕ ਹੈ ਅਪੀਅਰ ਟੇਸਟੀ ਬਟ ਨਾਟ ਨਿਊਟ੍ਰੀਸ਼ਨਸ ਗੁੱਡ ਫॉर ਹੈਲਥ ਗੁੱਡ ਫॉर ਹੈਲਥ ਹੈਂਸ ਸੇ ਨੋ ਟੂ ਜੰਕ ਫੂਡਸ ਤੇ ਇਹਨਾਂ ਸਾਰੇ ਫੂਡਸ ਨੂੰ ਆਪਾਂ ਨੂੰ ਕਿ ਅਵੋਇਡ ਕਰਨਾ ਚਾਹੀਦਾ ਡਿਊਰਿੰਗ ਦੀ ਏਜ ਆਫ ਐਡੋਲੈਸੈਂਸ ਠੀਕ ਹੈ ਪਰਸਨਲ ਹਾਈਜੀਨ ਟੇਕਿੰਗ ਅ ਬਾਥ ਐਟ ਦੀ ਐਟ ਲੀਸਟ ਵਾਂਸ ਅ ਡੇ ਇਨ ਇਜ਼ ਵੈਰੀ ਇੰਪੋਰਟੈਂਟ ਟੂ ਕੀਪ ਦੀ ਬੋਡੀ ਨੀਟ ਐਂਡ ਕਲੀਨ ਠੀਕ ਹੈ ਆਪਾਂ ਨੂੰ ਡੇਲੀ ਕੀ ਹੈ ਇੱਕ ਟਾਈਮ ਦਿਨ ਦੇ ਵਿੱਚ ਇੱਕ ਟਾਈਮ ਕੀ ਬਾਥ ਲੈਣਾ ਚਾਹੀਦਾ ਠੀਕ ਹੈ all the parts of the body should be washed thoroughly with an antiseptic soap so as to avoid the bacterial infections theek hai apan nu ke daily ke antiseptic uh, soap hai jehdi ohde naal ke apne pubic parts ne jehde ohna nu ke daily clean karna chahida theek hai taaki ke utthe bacterial ap avoid kar sake bacterial in, uh, infections nu theek hai under garments and clothes are should be changed every day ਆਪਾਂ ਨੂੰ ਡੇਲੀ ਕੀ ਅন্ডਰਗਾਰਮੈਂਟਸ ਤੇ ਆਪਣੇ ਕੀ ਚੇਂਜ ਕਰਨੀ ਚਾਹੀਦੀ ਹੈ ਠੀਕ ਹੈ ਗਰਲਸ ਸ਼ੁੱਡ ਬੀ ਮੋਰ ਪਾਰਟिकुलर ਅਬਾਊਟ ਦੀ ਕਲੀਨiness ਡਿਊਰਿੰਗ ਦੀ ਟਾਈਮ ਆਫ ਮੈਂਸਚੂਰੇਸ਼ਨ ਫਰੋ ਮੈਂਸਟਰਲ ਫਲੋਸ ਠੀਕ ਹੈ ਗਰਲਸ ਨੂੰ ਕੀ ਜਿਆਦਾ ਧਿਆਨ ਰੱਖਣਾ ਚਾਹੀਦਾ ਠੀਕ ਹੈ ਜਦੋਂ ਕੀ ਮੈਂਸਟਰਲ ਫਲੋਸ ਹੁੰਦੇ ਆ ਠੀਕ ਹੈ ਆਪਣੇ ਦੇ ਸ਼ੁੱਡ ਬੀ ਸੈਨੀਟ ਦੇ ਸ਼ੁੱਡ ਯੂਜ਼ ਸੈਨੀਟਰੀ ਨੈਪਕਿਨਸ ਆਫ ਗੁੱਡ ਕੁਆਲਿਟੀ ਅਵੇਲੇਬਲ ਇਨ ਦੀ ਮਾਰਕੀਟ ਤਾਂ ਨੂੰ ਕੇ ਸੈਨੀਟਰੀ ਜਿਹੜੇ ਪੈਡ ਵਗੈਰਾ ਹੁੰਦੇ ਆ ਆਪਣੇ ਕੀ ਆ ਗੁੱਡ ਕੁਆਲਿਟੀ ਦੇ ਯੂਜ਼ ਕਰਨੇ ਚਾਹੀਦੇ ਠੀਕ ਹੈ ਫਿਜ਼ੀਕਲ ਐਕਸਰਸਾਈਜ਼ ਕਿਹੜੀਆਂ 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 ਨੇ ਵਾਕਿੰਗ ਕਰਨੀ ਚਾਹੀਦੀ ਯੋਗਿੰਗ ਰਨਿੰਗ playing in open areas like parks keep the body fit and healthy but ਆਪਾਂ ਕੀ ਕਰਦੇ ਆ ਆਪਾਂ ਇਸ ਕੋਈ ਵੀ ਜਿਹੜਾ ਅਡੋਲੈਸੈਂਸ ਦੀ ਏਜ ਹੈ ਜਾਂ ਟੀਨੇਜ ਹੈ ਉਹ ਕੋਈ ਵੀ ਐਕਸਰਸਾਈਜ਼ ਨਹੀਂ ਕਰਦਾ ਕਿਉਂ ਕਿਉਂ ਸਾਰਾ ਦਿਨ ਕੇ ਸਿਰਫ ਮੋਬਾਈਲ ਦੇ ਵਿੱਚ ਬਿਜ਼ੀ ਹੁੰਦੇ ਬਟ ਨਹੀਂ ਆਪਾਂ ਨੂੰ ਆਪਣੇ ਕੀ ਗਰੋਥ ਐਂਡ ਡਿਵੈਲਪਮੈਂਟ ਦੇ ਲਈ ਆਪਾਂ ਨੂੰ ਇਹ ਸਾਰਾ ਕੀ ਪਰਸਨਲ ਹਾਈਜੀਨ ਠੀਕ ਹੈ ਆਪਾਂ ਨੂੰ ਨਿਊਟ੍ਰੀਸ਼ਨਲ ਫੂਡ ਜਿਹੜਾ ਐਕਸਰਸਾਈਜ਼ ਕਰਨੀ ਚਾਹੀਦੀ ਹੈ ਠੀਕ ਹੈ ਕੀਡਿੰਗ ਇਡੀ ਐਕਸਰਸਾਈਜ਼ ਆਪਾਂ ਨੂੰ ਵਾਕਿੰਗ ਕਰਨੀ ਚਾਹੀਦੀ ਹੈ ਯੋਗਿੰਗ ਰਨਿੰਗ ਇਹ ਸਾਰਾ ਕੁਝ ਕਰਨਾ ਚਾਹੀਦਾ ਠੀਕ ਹੈ ਪੀਪਲ ਆਫ 올 에ਜਸ اسپੈਸ਼ਲੀ ਯੰਗ ਬॉयज ਐਂਡ ਦੀ ਗਰਲਸ ਮਸਟ ਡੂ ਸਮ ਫਿਜ਼ੀਕਲ ਐਕਸਰਸਾਈਜ਼ ਠੀਕ ਹੈ ਜਿਹੜੀ ਯੰਗ ਬॉयज ਜਵਾਨ ਲੜਕੇ ਲੜਕੀਆਂ ਇਹਨਾਂ ਨੂੰ ਕੀ ਐਕ ਫਿਜ਼ੀਕਲ ਐਕਸਰਸਾਈਜ਼ ਕਰਨੀ ਚਾਹੀਦੀ ਹੈ ਠੀਕ ਹੈ ਐਕਸਰਸਾਈਜ਼ ਇਨਹਾਂਸਸ ਦੀ ਗਰੋਥ ਐਕਸਰਸਾਈਜ਼ ਜਿਹੜੀ ਆਪਣੀ ਕੀ ਗਰੋਥ ਨੂੰ ਇਨਹਾਂਸ ਕਰਦੇ ਆਂ ਠੀਕ ਹੈ ਇਨਕਰੀਸ ਕਰਦੇ ਹੈ ਗਰੋਥ ਨੂੰ ਇਨਕਰੀਸ ਦੀ ਸਰਕੂਲੇਸ਼ਨ ਬਲੱਡ ਸਰਕੂਲੇਸ਼ਨ ਨੂੰ ਇਨਕਰੀਸ ਕਰਦੇ ਹੈ ਰਿਲੀਜ਼ ਦੀ ਸਟ्रेस ਇਸਲੀ ਆਪਣੇ ਸਟ्रेस ਬਟ ਆਪਾਂ ਕੀ ਕਰਦੇ ਹੈ ਇਹ ਐਕਸਰਸਾਈਜ਼ ਨਹੀਂ ਕਰਦੇ ਤੁਸੀਂ ਦੇਖਿਆ ਹੋਊਗਾ ਅੱਜ ਕੱਲ ਜਵਾਨ ਲੜਕੇ ਲੜਕੀਆਂ ਨੂੰ ਕਿ ਬਹੁਤ ਜ਼ਿਆਦਾ ਸਟ्रेस ਹੈ ਕਿਉਂ ਕਿਉਂਕਿ ਉਹ ਆਪਣੀ ਕੀ ਆਪਣੀ ਸਿਹਤ ਦਾ ਕੀ ਖਿਆਲ ਨਹੀਂ ਰੱਖਦੇ ਠੀਕ ਹੈ ਇਸ ਲਈ ਕਿ ਇਹ ਸਾਰਾ ਕੁਝ ਕਰਨਾ ਚਾਹੀਦਾ ਆਪਾਂ ਨੂੰ ਥਿੰਗਸ ਟੂ ਅਵੋਇਡ ਡਿਊਰਿੰਗ ਦੀ ਐਡੋਲੈਸੈਂਸ ਹੁਣ ਆਪਾਂ ਨੂੰ ਕੀ ਕੀ ਅਵੋਇਡ ਕਰਨਾ ਚਾਹੀਦਾ ਆਪਾਂ ਆਲਰੇਡੀ ਪੜ ਚੁੱਕੇ ਜੰਕ ਫੂਡ ਅਵੋਇਡ ਕਰਨਾ ਚਾਹੀਦਾ ਠੀਕ ਹੈ ਆਪਾਂ ਨੂੰ ਕੀ ਇਹ ਜਿਹੜੀਆਂ ਬੈਠ ਕੇ ਆਪਾਂ ਕੰਮ ਕਰਦੇ ਹਾਂ ਉਹ ਜ਼ਿਆਦਾ ਆਪਾਂ ਡਿਵਾਈਡ ਕੀ ਅਵੋਇਡ ਕਰਨਾ ਚਾਹੀਦਾ ਕਿ ਆਪਾਂ ਉਹ ਕੰਮ ਕਰਨਾ ਚਾਹੀਦੇ ਜਿਹੜੇ ਆਪਣੇ ਕੀ ਫਿਜ਼ੀਕਲ ਜਿਹਦੇ ਨਾਲ ਕੀ ਆਪਣੀ ਫਿਜ਼ੀਕਲ ਐਕਸਰਸਾਈਜ਼ ਹੋਵੇ ਠੀਕ ਹੈ ਥਿੰਗਸ ਟੂ ਅਵੋਇਡ ਡਿਊਰਿੰਗ ਐਡੋਲੈਸੈਂਸ ਵੀ ਸ਼ੁੱਡ ਨਾਟ ਟੇਕ ਐਨੀ ਡਰਗ ਅਨਲੈਸ ਇਟ ਇਜ਼ ਪ੍ਰੈਸਕ ਠੀਕ ਹੈ ਆਪਾਂ ਨੂੰ ਕੋਈ ਵੀ ਡਰਗ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ ਅਗਰ ਤੁਹਾਨੂੰ ਡਾਕਟਰ ਨੇ ਪ੍ਰੈਸਕ੍ਰਾਈਬ ਕੀਤੀ ਹੋਏ ਤਾਂ ਉਹ ਦਵਾਈ ਤੁਸੀਂ ਲੈ ਸਕਦੇ ਹੋ ਠੀਕ ਹੈ ਡਰਗਸ ਹਰਮਸ ਦੀ ਬੋਡੀ ਬਾਇ ਰਿਯੂਨਿੰਗ ਦੀ ਹੈਲਥ ਡਰੱਗਸ ਆ ਜਿਹੜੇ ਆਪਣੇ ਬਾਡੀ ਨੂੰ ਕਿ ਹਾਂ ਪਹੁੰਚਾਉਂਦੇ ਆ ਠੀਕ ਹੈ ਸਮੋਕਿੰਗ ਡਰਿੰਕਿੰਗ অর ਟੇਕਿੰਗ ਡਰੱਗਸ ਆਰ ਹੈਬਿਟ ਫਾਰਮਿੰਗ ਐਨ ਇੰਡੀਵਿਜੂਅਲ ਕੈਨ ਗੈਟ ਐਡਿਕਟਿਡ ਟੂ ਥੈਮ ਇਫ ਟੇਕਨ ਰੈਗੂਲਰਲੀ ਦੇਖੋ ਸਮੋਕਿੰਗ ਹੋ ਗਿਆ ਡਰਿੰਕਿੰਗ ਹੋ ਗਿਆ ਇਹ ਕੀ ਆਪਣੀ ਹੈਬਿਟ ਬਣ ਜਾਂਦੀ ਹੈ ਠੀਕ ਹੈ ਇਹਨੂੰ ਆਪਾਂ ਨੂੰ ਕੀ ਅਵੋਇਡ ਕਰਨਾ ਚਾਹੀਦਾ ਅਗਰ ਇੱਕ ਵਾਰ ਆਪਣੀ ਬਾਡੀ ਹੈ ਜਿਹੜੀ ਇਸ ਡਰੱਗਸ ਜਾਂ ਡਰਿੰਕਿੰਗ ਦੇ ਕੀ ਐਡਿਕਟਿਡ ਹੋ ਗਈ ਤਾਂ ਫਿਰ ਆਪਣੀ ਕੀ ਹੈਲਥ ਹੈ ਜਿਹੜੀ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਕੀ ਆਪਣੀ ਹੈਲਥ ਪੂਰੀ ਕੀ ਹੋ ਜਾਂਦੀ ਹੈ ਡਿਸਟਰੋਏ ਹੋ ਜਾਂਦੀ ਹੈ ਠੀਕ ਹੈ aids is caused by the dangerous hiv virus that can be passed from an infected person to a normal person by sharing syringes used for injection of drugs through sexual contact with the person infected with hiv it can be transmitted to an infant through a milk of an infected mother Look, AIDS hai. ਏਡਸ ਜਿਹੜਾ ਹੈ ਕਿ ਬਹੁਤ ਜ਼ਿਆਦਾ ਡੇਂਜਰਸ ਡਿਜ਼ੀਜ਼ ਹੈ ਠੀਕ ਹੈ ਇਹ ਇਹਦੇ ਵਿੱਚ ਕਿ ਐਚ ਆਈ ਵੀ ਵਾਇਰਸ ਹੈ ਜਿਹੜਾ ਕਿ ਇੱਕ ਪਰਸਨ ਤੋਂ ਕਿ ਦੂਸਰੇ ਪਰਸਨ ਦੇ ਵਿੱਚ ਜਾ ਸਕਦਾ ਕਿਸ ਤਰ੍ਹਾਂ ਜਾ ਸਕਦਾ ਅਗਰ ਉਹਨਾਂ ਦੇ ਵਿੱਚ ਕਿ ਕੋਈ ਕੰਟੈਕਟ ਹੋਊਗਾ ਅਗਰ ਉਹ ਇੱਕੋ ਹੀ ਸਰੇਂਜਸ ਯੂਜ਼ ਕਰ ਰਹੇ ਹੈ ਠੀਕ ਹੈ ਇੰਜੈਕਸ਼ਨ ਦੇ ਲਈ ਜਾ ਕੋਈ ਵੀ ਡਰੱਗਸ ਦਾ ਕੋਈ ਇੰਜੈਕਸ਼ਨ ਲੈ ਰਿਹਾ ਇਕੋ ਹੀ ਇੰਜੈਕਸ਼ਨ ਯੂਜ਼ ਕਰ ਰਿਹਾ ਤਾਂ ਉਸ ਦੇ ਥਰੂ ਵੀ ਐਚ ਆਈ ਵੀ ਵਾਇਰਸ ਹੋ ਸਕਦਾ ਠੀਕ ਹੈ ਜਾਂ ਉਹਨਾਂ ਦਾ ਕਿਉਂਕਿ ਕੋਈ ਕੀ ਸੈਕਸ਼ੂਅਲ ਕੰਟੈਕਟ ਹੋਵੇ ਠੀਕ ਹੈ ਉਸ ਦੇ ਥਰੂ ਵੀ ਐਚ ਆਈ ਵੀ ਵਾਇਰਸ ਕੀ ਪਾਸ ਹੋ ਸਕਦਾ ਹੈ ਅਗਰ ਕਿ ਇਹ ਕੋਈ ਇਨਫੈਕਟਡ ਮਦਰ ਹੈ ਜਿਹੜੀ ਉਹ ਕਿਸੇ ਬੱਚੇ ਨੂੰ ਕੀ ਆ ਕੀ ਕਰਦੀ ਹੈ ਫੀਡ ਕਰਦੀ ਹੈ ਮਿਲਕ ਫੀਡ ਕਰਦੀ ਹੈ ਤਾਂ ਉਸ ਤੋਂ ਵੀ ਉਹਨਾਂ ਨੂੰ ਕੀ ਐਚ ਆਈ ਵੀ ਵਾਇਰਸ ਹੈ ਜਿਹੜਾ ਕੀ ట్రాన్స్మిਟ ਹੋ ਸਕਦਾ ਹੈ ਠੀਕ ਹੈ ਇਸ ਲਈ ਆਪਾਂ ਨੂੰ ਕੀ ਹੈ ਐਸ ਐਸ ਦੇ ਵਿੱਚ ਟੀਨੇਜ ਐਸ ਦੇ ਵਿੱਚ ਆਪਾਂ ਨੂੰ ਕੀ کافی ਜ਼ਿਆਦਾ ਧਿਆਨ ਰੱਖਣਾ ਚਾਹੀਦਾ ਆਪਣੀ ਹੈਲਥ ਦਾ ਠੀਕ ਹੈ ਜੀ ਅੱਜ ਲਈ ਇੰਨੇ ਹੀ ਕੱਲ ਨੂੰ ਆਪਾਂ ਕੀ ਨੈਕਸਟ ਜਿਹੜਾ ਆਪਣਾ ਚੈਪਟਰ ਹੋਊਗਾ ਆਪਣੀ ਕੀ ਫਿਜ਼ਿਕਸ ਸਟਾਰਟ ਹੋਗੀ ਨੈਕਸਟ ਚੈਪਟਰ ਮੇ ਵੀ ਆਪਣਾ ਕੀ ਫੋਰਸ ਵਾਲਾ ਚੈਪਟਰ ਹੈ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਕੀ ਹੋ ਕੰਪਲੀਟ ਕਰਾਂਗੇ ਠੀਕ ਹੈ ਜੀ ਥੈਂਕ ਯੂ